ਅਸੀਂ ਕਰ ਰਹੇ ਜਿਹੜੇ ਸੰਗਤਾਂ ਨੂੰ ਹੁਣ ਪਤਾ ਨਹੀਂ ਲੱਗਦਾ ਕਿਹੜੇ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ ਸਾਧ ਸੰਗਤ ਜੀ ਭਗਵੰਤ ਮਾਨ ਜੀ ਹੱਥ ਬੰਨ ਕੇ ਬੇਨਤੀ ਆ ਜੇ ਕਿਤੇ ਸਾਡੀ ਆਵਾਜ਼ ਸੁਣਦੇ ਹੋਵੋ ਅੱਜ ਕੱਲ ਕਦੇ ਫੇਰ ਤਾਂ ਨਿਮਰਤਾ ਸਹਿਤ ਬੇਨਤੀ ਕਰਦੇ ਆਪ ਜੀ ਨੂੰ ਹੱਥ ਬੰਨ ਕੇ ਵੀ ਸਾਡੇ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਪੰਜਾਬ ਚ ਤਬਦੀਲ ਕਰ ਦੋ ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੇ ਜਿਸ ਤਰ੍ਹਾਂ ਕੇਸ ਚੱਲਦਾ ਰਹੇਗਾ ਜੋ ਵੀ ਕੋਰਟ ਤੇ ਫੈਸਲਾ ਹੋ ਗਿਆ ਅਸੀਂ ਉੱਤੇ ਮਨਜ਼ੂਰ ਕਰ ਲਾਂਗੇ ਸਾਨੂੰ ਮਨਜ਼ੂਰ ਹੋਵੇਗਾ ਪਰ ਇਹ ਬੇਨਤੀ ਸਾਡੀ ਨੂੰ ਜ਼ਰੂਰ ਮਨਜ਼ੂਰ ਕਰੋ ਅਗਰ ਕੱਲ ਨੂੰ ਕੋਈ ਐਸੀ ਵੈਸੀ ਗੱਲ ਸਾਡੇ ਨਾਲ ਭਾਣਾ ਵਰਤ ਜਾਂਦਾ ਕੋਈ ਸਾਡੇ ਸਿੰਘ ਨਾਲ ਜਾਂ ਸਾਡੇ ਇੱਥੇ ਪਰਿਵਾਰ ਨਾਲ ਤੂੰ ਦੁਨੀਆਂ ਨੂੰ ਕੀ ਜਵਾਬ ਦੇਵੇਂਗਾ ਇਹ ਜਿਹੜੀ ਗੱਲ ਆ ਬਾਹਰਲੇ ਮੁਲਕਾਂ ਤੱਕ ਜਾ ਰਹੀ ਹੈ ਤੁਹਾਨੂੰ ਲੋਕਾਂ ਨੇ ਪਿੰਡਾਂ ਚ ਨਹੀਂ ਬਣ ਦੇਣਾ ਪੁੱਛਣਗੇ ਤੁਹਾਨੂੰ ਲੋਕ ਤੈਂ ਲੋਕਾਂ ਨੂੰ ਜਾਗਰੂਕ ਕੀਤਾ ਸੀ ਕਹਿ ਕਹਿ ਕੇ ਗੱਲਾਂ ਵੀ ਪੁੱਛੋ ਇਹਨਾਂ ਨੂੰ ਲੋਕ ਤੁਹਾਨੂੰ ਪੁੱਛਣਗੇ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਮਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡਾ ਪਿੰਡ ਜੰਡਿਆਲਾ ਨਹੀਂ ਸਾਡਾ ਜ਼ਿਲ੍ਹਾ ਲੁਧਿਆਣਾ ਪਿੰਡ ਜੰਡਿਆਲੀ ਨੇੜੇ ਕੁਹਾੜਾ ਔਰ ਨੇੜੇ ਸਾਹਨੇਵਾਲ ਸਤਸੰਗ ਜੀ ਜੇ ਤੱਕ ਦੇਖਿਆ ਜਾਵੇ ਅੱਜ ਸਾਡੇ ਬੰਦੀ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਧੱਕਾ ਕਰ ਰਿਹਾ ਭੁੱਖ ਹੜਤਾਲ ਕਰੀ ਲਈ ਆ ਜੇਲ੍ਹ ਦੇ ਵਿੱਚ ਔਰ ਉਹਨਾਂ ਦੇ ਦੁੱਖ ਦੇ ਵਿੱਚ ਇੱਧਰ ਪਰਿਵਾਰਾਂ ਨੇ ਭੁੱਖ ਹੜਤਾਲ ਕਰੀ ਆ ਸਤਸੰਗ ਜੇ ਦੇਖਿਆ ਜਾਵੇ ਜਦੋਂ ਦੁੱਖ ਆਉਂਦਾ ਜਿਸ ਬੰਦੇ ਤੇ ਦੁੱਖ ਆਉਂਦਾ ਪਤਾ ਉਸਨੂੰ ਲੱਗਦਾ ਵੀ ਕੀ ਭਾਣ ਵਾਲੀ ਚੱਲ ਰਹੀ ਆ ਸਤਸੰਗ ਜੀ ਪਰਿਵਾਰ ਵਾਰ ਵਾਰ ਬੇਨਤੀ ਕਰਦੇ ਨੇ ਅਸੀਂ ਦੇਖਦੇ ਸੀ ਜਦੋਂ ਭਾਈ ਅੰਮ੍ਰਿਤਪਾਲ ਜੀ ਦੀ ਇੱਕ ਲਹਿਰ ਚੱਲੀ ਸੀ ਪਿੰਡਾਂ ਪਿੰਡਾਂ ਸਹਿਰਾਂ ਸਹਿਰਾਂ ਦੇ ਵਿੱਚ ਉਸ ਵਕਤ ਬਹੁਤ ਬੜੇ ਬੜੇ ਇਕੱਠ ਹੁੰਦੇ ਸੀਗੇ ਜੋ ਸਰਕਾਰਾਂ ਨੂੰ ਚਿੰਤਾ ਚ ਪਾਉਂਦੇ ਸੀ ਸਰਕਾਰਾਂ ਨੇ ਸਮਾਂ ਆਉਣ ਤੇ ਆਮ ਦਾ ਸਮਾਂ ਲੱਗਣ ਤੇ ਸਾਡੇ ਸਿੰਘਾਂ ਤੇ NSI ਲਾ ਕੇ ਡਿਬਰੂਗੜ੍ਹ ਜੇਲ੍ਹਾਂ ਚ ਉਹਨਾਂ ਨੂੰ ਬੰਦ ਕੀਤਾ ਕਿਉਂਕਿ ਸਰਕਾਰ ਨਹੀਂ ਯਾਦੀ ਚਾਹੇ ਕੋਈ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਭਾਜਪਾ ਦੀ ਸਰਕਾਰ ਆ ਚਾਹੇ ਕੋਈ ਹੋਰ ਸਰਕਾਰ ਆ ਸਤਸੰਗ ਜੀ ਸਾਡੇ ਨਾਲ ਹਮੇਸ਼ਾ ਪੰਜਾਬ ਨਾਲ ਮਤਰਿਆਈ ਭਾਵ ਵਾਲਾ ਸਲੂਕ ਹੋਇਆ ਤੁਸੀਂ ਧਿਆਨ ਮਾਰੋ ਅੱਜ ਤੋਂ ਮਗਰ ਜਾਓ ਦੱਸੋ ਅੰਮ੍ਰਿਤਪਾਲ ਜੀ ਨੇ ਕਿਹੜਾ ਗੁਨਾਹ ਕਰਤਾ ਸੀ ਕਿ ਚਿੱਟੇ ਤੋਂ ਛਡਾ ਕੇ ਤੰਬਾਕੂ ਤੋਂ ਛਡਾ ਕੇ ਨੌਜਵਾਨਾਂ ਨੂੰ ਅੰਮ੍ਰਿਤਪਾਨ ਕਰਾਇਆ ਗੁਰੂ ਦੇ ਲਾਲ ਲਾਇਆ ਸਿੰਘਾਂ ਨੇ ਬਹੁਤ ਬੜਾ ਇੱਕ ਜਥੇਬੰਦਕ ਢਾਂਚਾ ਹੋ ਗਿਆ ਸੀਗਾ ਨੌਜਵਾਨਾਂ ਦਾ ਜੋ ਸਰਕਾਰਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਇਹਨਾਂ ਨੇ ਕੋਈ ਬਹਾਨਾ ਬਣਾ ਕੇ ਕੋਈ ਕਾਰਨ ਕਰਕੇ NSI ਲਾ ਕੇ ਸਾਡੇ ਸਿੰਘਾਂ ਨੂੰ ਬੰਦ ਕਰਤਾ ਸਤਸੰਗ ਜੀ ਸਿੰਘਾਂ ਤੇ NSI ਲੱਗਦੀ ਹੋ ਨਹੀਂ ਸੀਗੀ ਦੱਸੋ ਕਿਹੜਾ ਕਾਨੂੰਨ ਹੈ ਕਿਹੜੇ ਸਾਡੇ ਸਿੰਘ ਨੇ ਕਿਸੇ ਸਿੰਘ ਨੇ ਸੱਟ ਪੇਟ ਮਾਰੀ ਹੋਵੇ ਜਾਂ ਕੋਈ ਗਾਲੀ ਗੋਲ ਕੀਤਾ ਕੋਈ ਗੋਲੀ ਚਲਾਈ ਆ ਕੋਈ ਹੱਲਾ ਕਰਿਆ ਕਿਤੇ ਕੋਈ ਦੰਗਾ ਕਰਿਆ ਕੋਈ ਐਸਾ ਕੰਮ ਨਹੀਂ ਸਾਡੇ ਸਿੰਘਾਂ ਨੇ ਕਰਿਆ ਸੀ ਇਹ ਸਿਰਫ ਸਾਨੂੰ ਇੱਕ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਇੱਕ ਉੱਠਦਾ ਕੋਈ ਗੁਰੂ ਦੀ ਗੱਲ ਕਰਦਾ ਇਹਦੇ ਨਾਲ ਹੋਰ ਲੱਗਦੇ ਨੇ ਤਾਂ ਜਥੇਬੰਦਕ ਢਾਂਚਾ ਮਜ਼ਬੂਤ ਹੁੰਦਾ ਜਾਂਦਾ ਇਸ ਲਈ ਇਹਨੂੰ ਖੇਰੂ ਖੇਰੂ ਕਰਨ ਨੂੰ ਸਰਕਾਰਾਂ ਤੱਤਪਰ ਰਹਿੰਦੀਆਂ ਨੇ ਸਤਸੰਗ ਜੀ ਜੇ ਤੁਸੀਂ ਕਹੋ ਭਗਵੰਤ ਮਾਨ
ਰਵਨੀਤ ਬਿੱਟੂ ਜਿਹੜਾ ਕਾਂਗਰਸ ਦਾ ਐਮਪੀ ਆ ਲੁਧਿਆਣੇ ਤੋਂ ਐਂ ਦੱਸਾ ਸਾਡਾ ਜਿਹੜਾ ਗ੍ਰਹਿ ਮੰਤਰੀ ਆ ਇਹ ਤਿੰਨਾਂ ਦੀ ਚਾਲ ਦੇ ਨਾਲ ਸਾਡੇ ਸਿੰਘਾਂ ਤੇ ਨਸ਼ੇ ਲੱਗੀ ਆ ਮੇਰੇ ਆਪ ਦੀ ਸੁਣ ਲਈ ਗੱਲ ਅਵਨੀਤ ਬਿੱਟੂ ਇਹ ਗੱਲ ਕਹਿੰਦਾ ਸੀ ਵੀ ਹਰ ਹਫ਼ਤੇ ਮੈਂ ਭਗਵੰਤ ਮਾਨ ਨੂੰ ਮਿਲਣ ਜਾਣਾ ਔਰ ਮਿਲ ਕੇ ਆਉਣਾ ਇਹ ਜਿਹੜੀ ਸਹਿਜ ਰਚੀ ਗਈ ਆ ਕਿਉਂਕਿ ਅਵਨੀਤ ਬਿੱਟੂ ਦੇ ਦਾਦਾ ਜੀ ਬੇਅੰਤ ਸਿੰਘ ਉਹਨਾਂ ਨੂੰ ਵੀ ਸਾਡੀਆਂ ਸਾਰੀਆਂ ਸੰਗਤਾਂ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਉਹਨਾਂ ਨੇ ਪੰਜਾਬ ਦੇ ਕਿਹੋ ਜਿਹੇ ਹਾਲਾਤ ਕੀਤੇ ਸੀ ਔਰ ਅਵਨੀਤ ਬਿੱਟੂ ਦੀ ਸਹਿ ਦੇ ਨਾਲ ਸਾਡੇ ਤੇ ਪਰਚਾ ਹੋਇਆ ਇਹ ਐਨਐਸਏ ਲੱਗੀ ਆ ਉਹਨੇ ਭਗਵੰਤ ਮਾਨ ਦੇ ਕੰਨ ਭਰੇ ਨੇ ਗੱਲ ਦੇ ਗ੍ਰਹਿ ਮੰਤਰੀ ਨੂੰ ਇਹ ਕਿਹਾ ਗਿਆ ਵੀ ਜੇ ਇਹ ਨੌਜਵਾਨਾਂ ਨੂੰ ਹੁਣ ਅਸੀਂ ਨਹੀਂ ਰੋਕਦੇ ਤਾਂ ਬਹੁਤ ਬੜਾ ਨੁਕਸਾਨ ਹੋਵੇਗਾ ਨੁਕਸਾਨ ਕੀ ਸੀ ਸਾਡੇ ਪੰਜਾਬ ਦੇ ਵਿੱਚੋਂ ਚਿੱਟਾ ਵਿਕਣਾ ਬੰਦ ਹੋ ਜਾਣਾ ਸੀਗਾ ਤੰਬਾਕੂ ਸਾਡੇ ਵਿਕਣਾ ਬੰਦ ਹੋ ਜਾਣਾ ਸੀਗਾ ਸ਼ਰਾਬ ਦੇ ਠੇਕੇ ਬੰਦ ਹੋ ਜਾਣੇ ਸੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਅਣਖੀ ਯੋਧੇ ਜੰਮਣ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਇਹਨਾਂ ਨੂੰ ਐਸੀ ਮਾਰ ਮਾਰੋ ਇਹਨਾਂ ਦੀ ਅਣਖ ਖਤਮ ਕਰੋ ਸਾਧਸੰਗ ਜੀ ਦੇਖੋ ਸਾਡੇ ਵਾਲੇ ਸੰਗਤ ਦੇ ਵਿੱਚ ਬਹੁਤ ਸਿਆਣੇ ਸੰਗਤਾਂ ਬੈਠੀਆਂ ਨੇ ਜਿਹਨਾਂ ਦਾ ਸਾਡੇ ਨਾਲੋਂ ਬਹੁਤ ਬੜਾ ਤਜਰਬਾ ਵੀ ਹੋਵੇਗਾ ਇਹ ਸਰਕਾਰਾਂ ਕਹਿੰਦੀਆਂ ਕੁਛ ਨੇ ਤੇ ਕਰਦੀਆਂ ਕੁਛ ਨੇ ਇਹਨਾਂ ਨੇ ਮੇਨ ਮੁੱਦਾ ਰੱਖਿਆ ਸੀਗਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬੇਅਦਬੀ ਆ ਉਹਨਾਂ ਸਾਫ਼ ਦਵਾਵਾਂਗੇ ਔਰ ਚਿੱਟੇ ਨੂੰ ਬਿਲਕੁਲ ਬੰਦ ਕਰ ਦਾਂਗੇ ਸਾਧਸੰਗ ਜੀ ਹੋਇਆ ਉਲਟ ਨਾ ਚਿੱਟਾ ਬੰਦ ਹੋਇਆ ਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਮਿਲੇ ਨੇ ਬੇਅਦਬੀ ਦੇ ਹਾਲਾਂਕਿ ਜੇ ਦੇਖਿਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਸੀ ਸਿੱਖੀ ਦੀ ਗੱਲ ਕਰਦੇ ਸੀ ਤਾਂ ਸਾਡੇ ਇਹ ਸਿੰਘਾਂ ਨੂੰ ਚੱਕ ਕੇ ਜੇਲ੍ਹ ਚ ਬੰਦ ਕਰ ਦਿੱਤਾ ਸਾਧਸੰਗ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸਾਡੇ ਵੀਰ ਜੀ ਕਹਿ ਤਾਂ ਦਿੰਦੇ ਨੇ ਕਿ ਸਟੇਜ ਦੀ ਮਰਿਆਦਾ ਹੁੰਦੀ ਆ ਰੱਖਣੀ ਚਾਹੀਦੀ ਆ ਸਾਧਸੰਗ ਜੀ ਜਦੋਂ ਅਸੀਂ ਸਾਰੀ ਸਿੱਖ ਕੌਮ ਸੰਤ ਸਮਾਜ ਜਾਂ ਸਿਆਸੀ ਪਾਰਟੀਆਂ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣਾ ਮੰਨਦੇ ਆ ਪਿਤਾ ਮੰਨਦੇ ਆ ਤਾਂ ਇਹ ਫਿਰ ਜਿਹੜਾ ਸੰਤ ਸਮਾਜ ਆ ਜਾਂ ਸਾਡੀਆਂ ਸਿਆਸੀ ਪਾਰਟੀਆਂ ਨੇ ਛੋਟੀਆਂ ਜਾਂ ਬੜੀਆਂ ਉਹ ਆਪਣੇ ਪਾਰਟੀ ਵਜੋਂ ਤੋਂ ਉੱਪਰ ਉੱਠ ਕੇ ਇਸ ਧਰਨੇ ਨੂੰ ਕਿਉਂ ਨਹੀਂ ਸਹਿਯੋਗ ਦੇ ਰਹੇ ਸੰਤ ਸਮਾਜ ਕਿਉਂ ਨਹੀਂ ਸਹਿਯੋਗ ਦੇ ਰਿਹਾ ਇੱਥੇ ਕੀ ਗੱਲ ਮਾੜੀ ਹੋ ਰਹੀ ਆ ਕੀ ਵਿਰੋਧ ਹੋ ਰਹੀ ਆ ਸਾਧਸੰਗ ਜੀ ਕਿਹੜਾ ਅਸੀਂ ਕੋਈ ਐਸਾ ਬਚਨ ਕਰਦੇ ਹਾਂ ਜਿਹਦੇ ਨਾਲ ਕਿਸੇ ਦਾ ਘਟਾ ਹੁੰਦਾ ਹੋਵੇ ਜੇ ਅਸੀਂ ਸਾਡੀ ਅੱਜ ਮੰਗ ਅਸੀਂ ਇਹਦੀ ਗੱਲ ਨਹੀਂ ਕਰਾਂਗੇ ਅਸੀਂ ਆਪਣੇ ਹੱਕ ਨਹੀਂ ਮੰਗਾਂਗੇ ਸਾਨੂੰ ਕੌਣ ਦੇਵੇਗਾ ਇਸ ਲਈ ਬੇਨਤੀ ਆ ਵੀ ਅਸੀਂ ਕਿਸੇ ਨੂੰ ਕੋਈ ਮਾੜਾ ਸ਼ਬਦ ਤਾਂ ਨਹੀਂ ਬੋਲਦੇ ਬੇਨਤੀ ਜ਼ਰੂਰ ਕਰਦੇ ਹਾਂ ਜੇ ਤੁਸੀਂ ਸਾਰੇ ਹੀ ਸਾਧਸੰਗ ਸਾਰੇ ਪੰਜਾਬ ਦੇ ਵਾਸੀ ਇਹ ਗੱਲ ਚਾਹੁੰਦੇ ਨੇ ਵੀ ਸਾਡੇ ਪੰਜਾਬ ਦਾ ਭਲਾ ਹੋਵੇ ਤਾਂ ਸਾਨੂੰ ਇਹ ਸਮਰਥਨ ਕਰਨਾ ਪਊਗਾ ਕਿ ਸਾਡੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋ ਜਾਵੇ ਜਿਹੜਾ ਦੂਜੇ ਨਸ਼ੇ ਨੂੰ ਖਤਮ ਹੋ ਜਾਣ ਤਾਂ ਪੰਜਾਬ ਦੀ ਤਰੱਕੀ ਹੋਊਗੀ ਇਸ ਧਰਨੇ ਦਾ ਇਹੀ ਕਾਰਨ ਸੰਗਤ ਨੂੰ ਜਾਗਰੂਕ ਕਰਨਾ ਪਿੰਡਾਂ ਦੇ ਵਿੱਚ ਜਾਓ ਕਿਸੇ ਤਰੀਕੇ ਨਾਲ ਵੀ ਸਾਡੀ ਵੀ ਡਿਊਟੀ ਲੱਗੀ ਆ ਅਸੀਂ ਵੀ ਆਪਣੀ ਡਿਊਟੀ ਨਿਭਾਉਂਦੇ ਹਾਂ ਸਾਡਾ ਜਥਾ
हफ्ते च दो बार आया करेगा जरूर, उधर बुधवार नूं उधर शनिवार नूं आके एतवार नूं सानूं जाना सत्संग जी जुआ पैंदा। साडे कुछ ऐसे कर्म ने करने पैंदे ने जाके सानूं, असीं आपदी ड्यूटी निभावांगे। संगतां नूं फिर बेनती करदे आं, खास करके नौजवान वीरां नूं बेनती करदे आं, भाई तुसीं बहुत कुछ कर सकदे हो। एक नौजवान एक नौजवान नूं जगावे तां गाह एक नूं होर जगावे, पांच सत एक पिंड चो नौजवान उठणगे तां नहर फिर खड़ी हो जाएगी, क्योंकि उपराला करना पवेगा। जो उपराला करन वाले सी ओह साडे सिंह जेल दे विच बंद ने, इसलिए उन्हां दी गैर हाजरी दे विच उन्हां दी सेवा नूं मुख रखदे होए सानूं इह उपराला करना पवेगा। निश्चय करनी पवेगी कि पिंड पिंड विच जाके किसी भी तरीके नाल संगत नूं जागरूक करो, बेनती करो। जे ज्यादा नहीं एक एक दिन हफ्ते जरूर आउण संगतां, सत्संग जी नूं कुछ धरने नूं कुछ समां लगेगा। जिस तरह परिवार कहिंदा सी वी समां तां लगेगा, धरना आपदी मंजिल वल वध भी रहा, पर दुख अज इस गल दा कि जिहड़े साडे सिंघ ने उन्हां दी हालत बहुत माड़ी आ। सत्संग जी जे ही धरना दो चार महीनों नूं सफल होया, छे महीने नूं वाधा होया, तां जिहड़े अज साडे सिंघां दी माड़ी हालत आ उहनूं असीं किवें बचावांगे। इसलिए संगतां नूं बेनती है वी हुण तों अज तों ही निर्णय करो, किसे भी तरीके नाल जाओ पिंडां दे विच संगतां नूं प्रेरो। जिस तरह भी हो रहा, जिस तरह भी आपां उहनां दी मदद कर सकदे, किसे दा आपां किराया नहीं ला सकते, किसे नूं कोई होर प्रॉब्लम आ उहदे नाल सहयोग दे के उहनां नाल रह के धरने विच शामिल करो। एक बेनती मैं होर करदा प्रबंधकां नूं, सत्संग जी आप जी बहुत स्याणे हो, बहुत सूझवान हो, जो भी प्रोग्राम है संगतां एक बैठ के चंगी तरह ऐ सोच विचार के एक प्रोग्राम दे दिया करो साहब नूं, जो संगतां दे सन्मुख होवे, संगतां नूं पता लगे वे कि चीजां दी उत्ते लोड़ आ, संगतां उत्ते पहरा देण और अपना फर्ज समझण। एक शाम नूं जरूर किसे भी तरीके नाल बैठ के जिन्नी भी संगत इत्थे हुंदी आ उह अपना प्रोग्राम जरूर नौजवानां नूं दिवो, किसे भी तरीके नाल प्रेर के प्यार नाल जिस तरह भी हो सकदे ने उहनां नूं नौजवानां नूं धरने विच लियाउण दी कोशिश करो। सत्संग जे धरना कामयाब होना तां नौजवान वीरां नाल कामयाब होना। नौजवान जो भी हुंदे ने इक रीढ़ दी हड्डी हुंदे ने, अगर निया कर लैण यह तहैया कर लैण भी असीं साडे सिंघ डिब्रूगढ़ जेल दे विचों पंजाब च लै के आउणे, तब्दील कराउणे ने, तां करवा सकदे ने, पर इहनां नूं अपना फर्ज समझणा पऊगा। पिंडां च जा के किसे भी तरीके नाल नौजवानां नूं प्रेरना पऊ, धरने च लिआउणा पऊ। और उहनां नूं इक बेनती होर करदा प्रबंधकां नूं, नौजवानां नूं थोड़ा जिहा समां भी दिया करो बोलण दा, क्योंकि नौजवान जोश हुंदा उहदे नाल साडे विच बीज रस हुंदा, बीज रस साडे नूं आउणा जरूरी आ। गुरु हरगोबिंद सिंह जी ने इस लई एक ढाडी कमिश्नर इस लई पैदा कीते सी भी जदों इतिहास आउणगे साडी कौम दे विच बीज रस आवेगा, उहनूं अपनी अणख दा पता लगेगा, उह अपनी अख नूं देखेगा भी साडे की कर्म ने। बीज रस भी नौजवान च आउणा जरूरी आ, पर मर्यादा च रहना भी जरूरी आ। देवे च भी रहना, कर्म भी करने ने। सत्संग जी मैं हुण ज्यादा समां ना लवां, क्योंकि होर बहुत सारे बुलारे हुंदे ने, होर बहुत सारे वीरां ने विचारां करनियां हुंदियां ने। मैं तां इन्नी ही बेनती कर सकदा सत्संग जी भगवंत मान, एक गल मैं फिर कह दिंदा, मैं कहनी नहीं चाहुंदा सी, क्योंकि जो बंदे दा किसे दा मुख ही ना चंगा होवे, कोई गल्ले ना सुणदा होवे, ਤਾਂ ਕਹਿੰਦੇ ਨੇ ਉਹਨੂੰ ਬੁਲਾਉਣਾ ਛੱਡ ਦਵੋ, ਉਹ ਤਾਂ ਪਾਸਾ ਵੱਟ ਲਵੋ। ਪਰ ਮਾੜੀ ਕਿਸਮਤ ਅਸੀਂ ਕਰੀਏ ਕਿ ਸਾਡੀਆਂ ਵੋਟਾਂ ਨੇ ਮੁੱਖ ਮੰਤਰੀ ਬਣਿਆ ਸੀ, ਪਤਾ ਨਹੀਂ ਇਹਨੇ ਕਿਹੜੇ ਅੱਜ ਕੰਨਾਂ ਦੇ ਵਿੱਚ ਉਹਦੇ ਫੰਬੇ ਦੇ ਲਏ ਨੇ, ਜਿਉਂ ਜਾਂ ਤਾਂ ਸਾਡੀ ਆਵਾਜ਼ ਨਹੀਂ ਸੁਣਾਈ ਦਿੰਦੀ, ਜਾਂ ਇਹ ਸੰਗਤਾਂ
ਤੁਰਦੀਆਂ ਫਿਰਦੀਆਂ ਰੁਪਈਆਂ ਬੈਠੀਆਂ ਨੂੰ ਦਿਖ ਨਹੀਂ ਰਹੀਆਂ। ਭਗਵੰਤ ਮਾਨ ਮੈਂ ਇੱਕ ਗੱਲ ਤੈਨੂੰ ਕਹਿਣਾ, ਜਿਹੜੇ ਕਰਮ ਤੂੰ ਕਰਨ ਲੱਗਿਆ ਇਹ ਪਹਿਲਾਂ ਵੀ ਬਹੁਤ ਕਰਕੇ ਗਏ ਨੇ। ਕਿਸੇ ਨੇ ਸੁੱਖ ਦਾ ਸਾਹ ਨਹੀਂ ਪਾਇਆ, ਸਾਡੇ ਨਾਲ ਬੇਇਨਸਾਫੀ ਹੋਈ ਆ, ਪਹਿਲਾਂ ਤਾਂ ਹੁੰਦੀ ਆਉਂਦੀ ਆ, ਦੇਸ਼ ਵੰਡਣ ਵੇਲੇ ਵੀ ਹੋਈ ਆ, 84 ਵੇਲੇ ਵੀ ਹੋਈ ਆ, ਅੱਜ ਵੀ ਹੋਈ ਆ। ਸਤਸੰਗ ਬੇਇਨਸਾਫੀ ਉਹਨਾਂ ਨਾਲ ਹੁੰਦੀ ਆ ਜਿਹੜੇ ਸੱਚ ਦੀ ਗੱਲ ਕਰਦੇ ਨੇ, ਗੁਰੂ ਦੀ ਗੱਲ ਕਰਦੇ ਨੇ। ਜੇ ਕਿਤੇ ਜਾਹੀ ਲਹਿਰ ਚੱਲੀ ਹੁੰਦੀ ਤਾਂ ਮੈਂ ਕਹਿਣਾ ਜੀ ਪੰਜਾਬ ਦੇ ਵਿੱਚ ਖਾਲਸਾ ਖਾਲਸਾ ਦਿਖਣਾ ਸੀਗਾ। ਆ ਕੋਨੇ ਮੋਨੇ ਰੋਡੇ ਪੋਡੇ ਜਿਹੜੇ ਜਰਦਾ ਬੀੜੀ ਖਾਣ ਵਾਲੇ ਸਾਨੂੰ ਦਿਖਣੇ ਨਹੀਂ ਸੀਗੇ ਪੰਜਾਬ ਦੇ ਵਿੱਚ, ਜੇ ਅਮਰਤਪਾਲ ਦੀ ਉਹ ਲਹਿਰ ਚੱਲਦੀ ਰਹਿੰਦੀ ਹੁੰਦੀ। ਭਗਵੰਤ ਮਾਨ ਜੀ, ਜੇ ਤੁਸੀਂ ਭੋਰਾ ਪਰਵੀ ਆਪਣੇ ਆਪ ਨੂੰ ਪੰਜਾਬ ਦਾ ਅਣਖੀ ਮੰਨਦੇ ਹੋ, ਤੁਸੀਂ ਕਹਿੰਦੇ ਪੰਜਾਬ ਦਾ ਪੁੱਤ, ਪੰਜਾਬ ਦਾ ਪੁੱਤ ਕਹਿਣ ਨਾਲ ਨਹੀਂ ਬਣਿਆ ਜਾਣਾ, ਉਹਨੂੰ ਕਰਕੇ ਦਿਖਾਓ, ਆਪਣੇ ਦਿਲ ਦੀ ਹਮਦਰਦੀ ਦਿਖਾਓ। ਜਿਹੜੇ ਸਾਡੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ, ਸਰਕਾਰ ਕੋਲ ਜਾ ਕੇ ਅਪੀਲ ਕਰੋ, ਉੱਪਰ ਅਪੀਲ ਕਰਕੇ ਰਾਸ਼ਟਰਪਤੀ ਕੋਲ, ਗ੍ਰਹਿ ਮੰਤਰਾਲੇ ਕੋਲ, ਉਹਨਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕਰਾਵੋ। ਕਿਉਂਕਿ ਸਿੰਘਾਂ ਦੀ ਹਾਲਾਤ ਬਹੁਤ ਮਾੜੀ ਹੈ, ਇਹਨਾਂ ਦੇ ਮਾਤਾ ਪਿਤਾ ਦੇ ਹਾਲਾਤ ਬਹੁਤ ਮਾੜੇ ਨੇ, ਜਿਹੜੇ ਇੱਧਰ ਭੁੱਖ ਹੜਤਾਲ ਦੇ ਬੈਠੇ ਨੇ। ਭਗਵੰਤ ਮਾਨ ਜੀ, ਦੁਰਾ ਸੀਸ ਇੱਕ ਦੀ ਡੋਬ ਦਿੰਦੀ ਹੁੰਦੀ ਹੈ, ਇੱਕ ਬੰਦੇ ਦੀ ਵੀ ਦੁਰਾ ਸੀਸ ਲੱਗ ਜਾਵੇ ਤਾਂ ਡੋਬ ਦਿੰਦੀ ਆ। ਸਿਆਣੇ ਕਹਿੰਦੇ ਇੱਕ ਦੀ ਸੀਸ ਲੱਗ ਜਾਵੇ ਤਾਂ ਤਾਰ ਦਿੰਦੀ ਆ। ਤੇਰਾ ਕੋਈ ਚੰਗਾ ਕਰਮ ਸੀ ਮਾੜਾ, ਜਿਹੜਾ ਤੈਨੂੰ ਚੰਗੇ ਕਰਮਾਂ ਕਰਕੇ ਤੇਰਾ ਰਾਜ ਭਾਗ ਮਿਲਿਆ, ਤਪੋ ਰਾਜ ਰਾਜੋ ਨਰਕ, ਤੂੰ ਉਹ ਕਰਮ ਕਰਨ ਲੱਗਿਆ ਤੈਨੂੰ ਆਪ ਦੀ ਕੁਰਸੀ ਦੇ ਨਸ਼ੇ ਵਿੱਚ ਪਤਾ ਹੀ ਨਹੀਂ ਵੀ ਮੈਂ ਕੀ ਕਰਮ ਕਰਨੇ ਸੀ, ਕੀ ਕਰ ਰਿਹਾ। ਕਰਮ ਤਾਂ ਤੈਨੂੰ ਕਰਨੇ ਚਾਹੀਦੇ ਸੀ ਵੀ ਨਸ਼ਾ ਪੰਜਾਬ ਦੇ ਵਿੱਚ ਬੰਦ ਹੋ ਜਾਂਦਾ, ਪਰ ਤੇਰੀ ਸਰਕਾਰ ਦੇ ਵਿੱਚ ਚਿੱਟਾ ਵੀ ਉਸੇ ਤਰ੍ਹਾਂ ਵਿਕ ਰਿਹਾ, ਔਰ ਸ਼ਰਾਬ ਤਾਂ ਇੰਨੀ ਪੰਜਾਬ 'ਚ ਲਿਆਤੀ ਜਿਹਦਾ ਅੰਤ ਕੋਈ ਨਹੀਂ। ਸਤਸੰਗ ਜੀ, ਮੇਰੇ ਪਿੰਡ ਦੇ 2 ਕਿਲੋਮੀਟਰ ਦੇ ਵਿੱਚ ਮੇਰੇ ਪਿੰਡ ਦੇ ਆਲੇ ਦੁਆਲੇ 5 ਠੇਕੇ ਨੇ, 5 ਠੇਕੇ। ਜੇ ਕੋਈ ਕਹਾਂ ਤਾਂ ਫੋਟੋ ਖਿੱਚ ਕੇ ਲਿਆ ਦੂੰ, ਜੇ ਕੋਈ ਕਹਾਂ ਤਾਂ ਇਕੱਲੇ ਇਕੱਲੇ ਠੇਕੇ ਨੇ, ਮੈਂ ਮੂੰਹ ਵੀ ਪਾ ਦੂੰਗਾ, 5 ਠੇਕੇ ਮੇਰੇ ਪਿੰਡ ਦੇ ਆਲੇ ਦੁਆਲੇ ਨੇ। ਭਗਵੰਤ ਮਾਨ ਜੀ, ਤੁਸੀਂ ਸਾਨੂੰ ਕੀ ਦੇਣਾ ਚਾਹੁੰਦੇ ਹੋ, ਕੀ ਸਾਨੂੰ ਤੁਸੀਂ ਦੇਣਾ ਚਾਹੁੰਦੇ ਹੋ? ਕੀ ਸ਼ਰਾਬ ਦੇ ਕੇ ਸਾਨੂੰ ਮਾਰੇਂਗੇ ਹੋ, ਨਸ਼ਿਆਂ ਨਾਲ ਮਾਰੇਂਗੇ ਹੋ? ਤੁਸੀਂ ਆਪ ਤਾਂ ਗੁਰੂ ਵਾਲੇ ਬਣਨਾ ਨਹੀਂ, ਲੋਕਾਂ ਨੂੰ ਬਣ ਨਹੀਂ ਦਿੰਦੇ, ਤੁਸੀਂ ਸੰਗਤ ਨੂੰ ਗੁਰੂ ਵਾਲੇ ਨਹੀਂ ਬਣ ਦਿੰਦੇ, ਤੁਹਾਡੀ ਬਹੁਤ ਬੜੀ ਖੋਟ ਆ ਇਹ। ਸਮਾਂ ਹੁਣ ਤਾਂ ਪਰਮਾਤਮਾ ਨੇ ਹਰ ਇੱਕ ਦਾ ਹਿਸਾਬ ਕਰਨਾ, ਕੋਈ ਐਸਾ ਨਹੀਂ ਜਿਹਦੇ ਨਾਲ ਨਾ ਲੇਖਾ ਜੋਖਾ ਹੋਵੇ। ਇੱਕ ਮਾਂ ਦਾ ਜੇ ਕਿਤੇ ਤੂੰ ਦਰਦ ਜੇ ਕਿਤੇ ਸਮਝਦਾ ਹੋਵੇ ਵੀ ਹਾਂ ਮਾਂ ਦੇ ਦਰਦ ਕਿਵੇਂ ਹੁੰਦੇ ਨੇ, ਭਗਵੰਤ ਮਾਨ ਜੀ ਤੇਰੀ ਮਾਤਾ ਵੀ ਆ, ਕਿਸੇ ਦਿਨ ਤੇਰੇ ਤੇ ਐਸਾ ਸਮਾਂ ਆ ਗਿਆ ਤੈਨੂੰ ਜੇਲ੍ਹ ਪੈਣਾ ਜਾਣਾ ਪੈ ਗਿਆ, ਤੇਰੀ ਮਾਂ ਮੈਂ ਧਾਹਾ ਮਾਰਦਾ ਰੋਂ ਦੇ ਦਿਖਾ ਦੂੰ, ਤੇਰੀ ਮਾਂ ਧਾਹਾ ਮਾਰ ਕੇ ਰੋਂਦੀ ਦਿਖਾ ਦੂੰ, ਕਿਸੇ ਦਿਨ ਤੈਨੂੰ ਜੇਲ੍ਹ ਜਾਣਾ ਪੈ ਗਿਆ। ਜਾ ਸਕਦਾ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਸਮਾਂ ਬਦਲ ਜਾਣਾ, ਤਪੋ ਰਾਜ ਰਾਜੋ ਨਰਕ, ਜੇ ਪਰਮਾਤਮਾ ਰਾਜ ਦੇ ਸਕਦਾ ਤਾਂ ਖੋ ਵੀ ਸਕਦਾ, ਕਿਉਂਕਿ ਬਹੁਤ ਚੰਗੇ ਮਾੜੇ ਕਰਮ ਰਾਜ ਦੇ ਵਿੱਚ ਹੋ ਜਾਂਦੇ ਨੇ। ਕਿਹੜੇ ਕਰਮ ਨਹੀਂ ਅਸੀਂ ਕਰ ਰਹੇ ਜਿਹੜੇ ਸੰਗਤਾਂ ਨੂੰ ਹੁਣ ਪਤਾ ਨਹੀਂ ਲੱਗਦਾ, ਕਿਹੜੇ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ? ਮੈਂ ਉਹ ਗੱਲ ਤੇ ਨਾ ਜਾਵਾਂ, ਮੇਰਾ ਵਿਸ਼ਾ ਨਹੀਂ ਹੈਗਾ, ਵਿਸ਼ਾ ਤਾਂ ਮੇਰਾ ਬੰਦੀ ਸਿੰਘਾਂ ਦੇ ਉੱਥੇ ਤੱਕੇ ਸੀਮਤ ਰਹੀਏ। ਸਤਸੰਗ ਜੀ, ਭਗਵੰਤ ਮਾਨ ਜੀ ਹੱਥ ਬੰਨ ਕੇ ਬੇਨਤੀ ਆ, ਜੇ ਕਿਤੇ ਸਾਡੀ ਆਵਾਜ਼ ਸੁਣਦੇ ਹੋਵੋ ਅੱਜ ਕੱਲ ਕਦੇ ਫੇਰ, ਤਾਂ ਨਿਮਰਤਾ ਸਹਿਤ ਬੇਨਤੀ ਕਰਦੇ ਆਪ ਜੀ ਨੂੰ ਹੱਥ ਬੰਨ ਕੇ ਵੀ ਸਾਡੇ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਪੰਜਾਬ 'ਚ ਤਬਦੀਲ ਕਰ ਦਿਓ, ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੇ। ਜਿਸ ਤਰ੍ਹਾਂ ਕੇਸ ਚੱਲਦਾ ਰਹੇਗਾ, ਜੋ ਵੀ ਕੋਰਟ 'ਤੇ ਫੈਸਲਾ ਹੋ ਗਿਆ ਅਸੀਂ ਉੱਥੇ ਮਨਜ਼ੂਰ ਕਰ ਲਾਂਗੇ, ਸਾਨੂੰ ਮਨਜ਼ੂਰ ਹੋਵੇਗਾ, ਪਰ ਇਹ ਬੇਨਤੀ ਸਾਡੀ ਨੂੰ ਜ਼ਰੂਰ ਮਨਜ਼ੂਰ ਕਰੋ। ਅਗਰ ਕੱਲ੍ਹ ਨੂੰ ਕੋਈ ਐਸੀ ਵੈਸੀ ਗੱਲ ਸਾਡੇ ਨਾਲ ਭਾਣਾ ਵਰਤ ਜਾਂਦਾ ਕੋਈ ਸਾਡੇ ਸਿੰਘ ਨਾਲ ਜਾਂ ਸਾਡੇ ਇੱਥੇ ਪਰਿਵਾਰ ਨਾਲ, ਤੂੰ ਦੁਨੀਆਂ ਨੂੰ ਕੀ ਜਵਾਬ ਦੇਵੇਂਗਾ? ਇਹ ਜਿਹੜੀ ਗੱਲ ਆ ਬਾਹਰਲੇ ਮੁਲਕਾਂ ਤੱਕ ਜਾ ਰਹੀ ਆ, ਤੁਹਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ, ਪੁੱਛਣਗੇ ਤੁਹਾਨੂੰ ਲੋਕ, ਤੈਂ ਲੋਕਾਂ ਨੂੰ ਜਾਗਰੂਕ ਕੀਤਾ ਸੀ, ਕਹਿ ਕਹਿ ਕੇ ਗੱਲਾਂ ਵੀ ਪੁੱਛੋ ਇਹਨਾਂ ਨੂੰ।
लोग थोनू पुछणगे थोनू जवाब देना औखा हो जाना। इसलिए बेनती है भी जी मां दे तू अपनी मां नू मां समझदा उहदे सिर ते हत्थ रख के तैं सौ खाधी सी तां इह मावां दा भी अज दुख समझ। इहनां मावां दे बच्चिआं नू पंजाब दी वेल दे विच तबलील कर दे साडा तन्ना कोई रोसा नहीं साडा तन्ना कोई रोसा नहीं। जिवें सरकार चलदी है चला जिहड़ा साडे सिंघां ते दोष होवेगा उह असीं सुगता भुगत लवांगे। सतसंग जी हुण मैं ना ज्यादा समा लावां बहुत समा खा गया संगतां दा कई वारी चंगे माड़े बचन बोले जांदे। इक मैं बेनती करदा साडे मैं ना तां मैं कोई बुलारां ना मैं कोई संतक ना कोई होर मैनूं कोई बाणी भी ज्यादा नहीं बाणी। सतसंग जी सतगुरां दी कृपा नाल पढ़ाई बहुत घट पढ़न नूं मिली आ क्योंकि कम ही इन्ना करना पैंदा सी। अज वी तुसीं मेरे देखोगे नौ गले होए ने जिहड़ा मर्जी देख लिओ नौ गले होए ने सारे हत्थां दे पर सतगुरु ने इन्नी कृपा की पंजा बाणियां दा नितनेम कर सकते हैं सतगुरु अगे अरदास कर सकते हैं हुक्मनामा साहब लै सकते हैं सुखमनी साहब का पाठ कर सकते हैं गुरु ग्रंथ साहब की जिनी क लोड़ है उन्नी क बाणी पढ़ के आपदे मन नूं सबर दे सकते हैं। यह सतगुरु की कृपा उन्होंने बख्शिश की है उन्होंने मैं बहुत बड़ा भाग मानता अपने आप नूं क्योंकि किसी घट पढ़े नूं कोई बाणी आ जाए पढ़नी आनी बाणी ते विचार जां किसी तरीके नाल उहदे अमल कर लेना बहुत बड़े भाग हुंदे ने। संगतां दे विच खड़ के कोई विचार कर लेना किसी दी सुन लैनी इह वी बहुत बड़े भाग हुंदे ने। मैं समझदा कि मेरे चंगे काम सी चंगे भाग सी जिहड़े मैनूं संगतां दे दर्स वरावें। सतसंग जी इन्नियां बेनतियां करदा संगतां तों खिमा चाहुंदा कोई लफ्ज़ माड़ा बोलिया जावे संगत बख्शण जोगा इन्नी बेनती नूं मंजूर करियो। वाहिगुरू जी का खालसा वाहिगुरू जी की फतेह।